ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਸਾਰਿਆਂ ਦਾ। ਕੈਨੇਡਾ ਦਾ ਰਿਜ਼ਲਟ ਟ੍ਰੈਂਡ ਕੀ ਚੱਲ ਰਿਹਾ? ਜ਼ਿਆਦਾਤਰ ਸਟੂਡੈਂਟਸ ਦੇ ਵਿੱਚ ਸਭ ਤੋਂ ਵੱਡਾ ਸਵਾਲ ਇਹੀ ਹੁੰਦਾ। ਕਮੈਂਟਸ ਦੇ ਵਿੱਚ ਵੀ ਸਟੂਡੈਂਟਸ ਇਹੀ ਸੁਣਨਾ ਪੜ੍ਹਨਾ ਚਾਹੁੰਦੇ ਨੇ ਕਿ ਕੈਨੇਡਾ ਦੇ ਰਿਜ਼ਲਟਸ ਦਾ ਟ੍ਰੈਂਡ ਕੀ ਚੱਲ ਰਿਹਾ। ਪਰ ਅੱਜ ਦੇ ਇਸ ਸ਼ੋਅ ਦੇ ਵਿੱਚ ਬਹੁਤ ਡਿਟੇਲ ਦੇ ਵਿੱਚ ਤੁਹਾਨੂੰ ਸਮਝਾਵਾਂਗੇ ਕਿ ਰਿਜ਼ਲਟ ਟ੍ਰੈਂਡ ਦੀ ਅਸਲ ਕਹਾਣੀ ਕੀ ਹੈ, ਕਿਉਂਕਿ ਸੋਸ਼ਲ ਮੀਡੀਆ ਪਲੈਟਫਾਰਮਸ 'ਤੇ ਜੋ ਤੁਸੀਂ ਪੜ੍ਹਦੇ ਸੁਣਦੇ ਹੋ ਉਹਦੇ ਵਿੱਚ ਜ਼ਿਆਦਾਤਰ ਅਧੂਰੀ ਕਹਾਣੀ ਹੈ ਅਤੇ ਉਹਦੇ ਵਿੱਚ ਨੈਗੇਟਿਵਿਟੀ ਜ਼ਿਆਦਾ। ਦਰਅਸਲ ਇੰਨੀ ਜ਼ਿਆਦਾ ਨੈਗੇਟਿਵਿਟੀ ਕੈਨੇਡਾ ਨੂੰ ਲੈ ਕੇ ਸਟੂਡੈਂਟਸ ਅਜੇ ਨਹੀਂ ਹੈਗੀ। ਦੋਨੋਂ ਪੱਖਾਂ ਦੀ ਗੱਲ ਕਰਾਂਗੇ। ਨੋਨ SDS ਜਿਹਦੇ ਵਿੱਚ 5.5 ਬੈਂਡ ਵਾਲੇ ਸਟੂਡੈਂਟ ਆਉਂਦੇ ਨੇ, PTE ਵਾਲੇ ਸਟੂਡੈਂਟ ਆਉਂਦੇ ਨੇ, ਅਤੇ SDS ਦੇ ਵੀ ਰਿਜ਼ਲਟ ਦੀ ਗੱਲ ਕਰਾਂਗੇ। ਸਾਡੇ ਨਾਲ ਮੌਜੂਦ ਨੇ ਅੱਜ ਪੰਜਾਬ ਦੇ ਮੰਨੇ ਹੋਏ ਐਕਸਪਰਟ, ਲੈਂਡਮਾਰਕ ਇਮੀਗ੍ਰੇਸ਼ਨ ਦੇ ਚੀਫ ਜਸਮੀਤ ਭਾਟੀਆ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਜਸਮੀਤ ਜੀ, ਸਭ ਤੋਂ ਪਹਿਲਾਂ ਮੈਂ ਚਾਹੂੰਗਾ ਕਿ ਸਟੂਡੈਂਟਸ ਨੂੰ ਰਿਐਲਿਟੀ ਦੱਸੋ। ਰਿਐਲਿਟੀ ਦੇ ਨਾਮ 'ਤੇ, ਕੈਨੇਡਾ ਦੇ ਟ੍ਰੈਂਡ ਦੇ ਨਾਮ 'ਤੇ ਨੈਗੇਟਿਵਿਟੀ ਬਹੁਤ ਜ਼ਿਆਦਾ ਆ। ਸੋ ਨੋਨ SDS ਨੂੰ ਵੀ ਦੱਸੋ ਕਿ ਪੋਜ਼ਿਟਿਵਿਟੀ ਕਿੱਥੇ ਹੈ, ਐਕਚੁਅਲ 'ਚ ਰਿਐਲਿਟੀ 'ਚ ਪੋਜ਼ਿਟਿਵਿਟੀ ਕਿੱਥੇ ਹੈ, ਅਤੇ SDS ਵਾਲਿਆਂ ਨੂੰ ਵੀ ਦੱਸੋ ਕਿ ਉਹ ਕਿੱਥੇ ਖੜ੍ਹਦੇ ਨੇ। ਸੋ ਦੀਪਕ ਜੀ, ਅੱਜ ਮੈਂ ਸਭ ਤੋਂ ਵੱਡੀ ਤੁਹਾਨੂੰ ਗੱਲ ਦੱਸਣਾ ਚਾਹਾਂਗੀ, ਅੱਜ 15 PPR ਸਾਡੇ ਕੋਲ ਆਈਆਂ। ਸੋ 15 ਬੱਚਿਆਂ ਦੀਆਂ PPR ਆਈਆਂ ਜਿਵੇਂ ਅਸੀਂ ਸ਼ੋਅ ਕਰ ਰਹੇ ਹਾਂ, ਨਾਲ ਹੀ ਮੈਨੂੰ ਮੈਸੇਜ ਆਇਆ ਕਿ 15 ਬੱਚਿਆਂ ਦੀਆਂ PPRs ਆਈਆਂ। ਔਰ ਮਤਲਬ ਕਿ ਸਟੂਡੈਂਟਸ ਵੀਜ਼ਾ ਪੋਜ਼ਿਟਿਵ ਟ੍ਰੈਂਡ ਮੈਨੂੰ ਲੱਗਦਾ ਕੈਨੇਡਾ ਨੇ ਦੁਬਾਰਾ ਫੜ ਲੈਣਾ, ਜਿਵੇਂ ਕਿ ਪਹਿਲਾਂ ਮੈਂ ਜਿਵੇਂ ਕਹਿੰਦਾ ਰਿਹਾ ਸੀ ਕਿ ਜਿਹੜਾ ਉਹਨਾਂ ਕੋਲ ਫਾਈਲਸ ਹੈਗੀਆਂ ਉਹ ਬਹੁਤ ਵੱਡੇ ਨੰਬਰਸ ਹੈਗੇ ਆ, ਦੇ ਆਰ ਡੂਇੰਗ ਸੋਰਟਿੰਗ। ਔਰ ਹੁਣ ਇਹ ਪਹਿਲਾਂ ਪਤਾ ਲੱਗਿਆ ਦੀਪਕ ਜੀ ਕਿ ਦੇ ਹੈਵ ਹਾਇਰਡ ਮੋਰ ਦੈਨ 500 ਨਿਊ ਪੀਪਲ ਇਨ ਦਾ ਹਾਈ ਕਮਿਸ਼ਨ ਟੂ ਪ੍ਰੋਸੈਸ ਦ ਫਾਈਲਸ, ਐਂਡ ਦੇਰ ਆਰ ਨਿਊ ਹਾਈ ਕਮਿਸ਼ਨਰਸ ਆਲਸੋ ਹੈਵ ਟਰੈਵਲਡ ਫਰੋਮ ਕੈਨੇਡਾ। ਸੋ ਕਾਫੀ ਸਾਰੇ ਹਾਈ ਕਮਿਸ਼ਨਰਸ ਹੈਗੇ ਆ ਜਿਨ੍ਹਾਂ ਨੇ ਕੈਨੇਡਾ ਤੋਂ ਟਰੈਵਲ ਕੀਤਾ, ਐਂਡ ਦੇ ਆਰ ਬੈਕ ਇਨ ਇੰਡੀਆ। ਸੋ ਮੈਨੂੰ ਲੱਗਦਾ ਕਿਤੇ ਨਾ ਕਿਤੇ ਜਿਹੜਾ ਇਹ ਸਲਿਊਸ਼ਨ ਹੈਗਾ ਜਿਹੜੀ ਪੈਂਡਿੰਗ ਫਾਈਲ ਦਾ ਔਰ ਜਿਹੜੇ ਰਿਜ਼ਲਟਸ ਦਾ, ਇਹ ਬਹੁਤ ਜਲਦੀ ਜਿਹੜਾ ਨਿਕਲਣ ਵਾਲਾ। ਸੋ PPRs ਡੇਲੀ ਬੇਸਿਸ 'ਤੇ ਸਾਡੇ ਕੋਲ ਆਉਂਦੀਆਂ, ਕਿਸ ਦਿਨ 4 ਆਉਂਦੀਆਂ, ਕਿਸ ਦਿਨ 5 ਆਉਂਦੀਆਂ, ਅੱਜ 15 ਆਈਆਂ, ਔਰ ਨੋਰਮਲੀ 4-5 ਦਾ ਹੀ ਸਿਨੈਰੀਓ ਚੱਲ ਰਿਹਾ ਸੀ। ਸੋ ਟ੍ਰੈਂਡ ਨੂੰ ਦੋ ਹਿੱਸਿਆਂ 'ਚ ਵੰਡ ਕੇ ਮੈਂ ਚਾਹੂੰਗਾ ਤੁਸੀਂ ਸਟੂਡੈਂਟਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ। ਨੋਨ SDS ਮਤਲਬ 5.5 ਬੈਂਡ ਅਤੇ PTE ਵਾਲੇ। ਸੋ PTE ਵਾਲੇ ਮੈਂ ਵਾਰ ਵਾਰ ਕਹਿੰਦਾ ਆ ਰਿਹਾ ਕਿ PTE ਦਾ ਜਿਹੜਾ ਟ੍ਰੈਂਡ ਹੈ ਉਹ ਅਬਵ 60 ਵਾਲਿਆਂ ਦਾ ਪੋਜ਼ਿਟਿਵ ਚੱਲ ਰਿਹਾ, ਅਬਵ 60 ਜਾਂ ਅਬਵ 58 ਵਾਲਿਆਂ ਦਾ ਪੋਜ਼ਿਟਿਵ ਚੱਲ ਰਿਹਾ। ਬਿਲੋ ਦੈਟ ਸਕੋਰ ਤੁਸੀਂ ਲਗਾ ਜ਼ਰੂਰ ਸਕਦੇ ਹੋ ਫਾਈਲ, ਬਟ ਚਾਂਸਿਸ ਆਰ 50-50। ਸੋ ਬਟ ਕੀ ਕਹਿੰਦੇ ਆ, ਹੁਣ ਕਈ ਵਾਰੀ ਸਟੂਡੈਂਟ ਹੁੰਦਾ ਹੈ ਕਿ ਕਹਿੰਦਾ ਕਿ ਮੈਂ ਤਾਂ ਜਾਣਾ ਹੀ ਕੈਨੇਡਾ, ਐਂਡ ਆਈ ਵਾਂਟ ਟੂ ਪੁੱਟ ਯੋਰ ਫਾਈਲ। ਸੋ ਮੈਂ ਉਹਨਾਂ ਨੂੰ ਐਡਵਾਈਸ ਕਰਾਂਗਾ ਕਿ ਤੁਸੀਂ ਸ਼ਹਿਰ 'ਤੇ ਕਾਫੀ ਜ਼ਿਆਦਾ ਰਿਸਰਚ ਕਰੋ ਕਿ ਜਿੱਥੇ ਸਿਟੀ ਉੱਦਾਂ ਦੀ ਹੋਵੇ ਜਿੱਥੇ ਸਟੂਡੈਂਟ ਘੱਟ ਜਾਂਦੇ ਆ, ਐਂਡ ਕੋਈ ਕੋਰਸ ਇੱਦਾਂ ਦਾ ਹੋਵੇ ਜਿਹਦੇ 'ਚ ਤੁਹਾਡੇ ਜਿਵੇਂ ਸਪੋਜ਼ ਅਕਾਊਂਟਿੰਗ 'ਚ ਤੁਹਾਡੇ 80 ਨੰਬਰ ਹੈ, ਐਂਡ ਤੁਸੀਂ ਕੋਰਸ ਵੀ ਬਿਜ਼ਨਸ ਅਕਾਊਂਟਿੰਗ ਦਾ ਲਓ, ਸੋ ਰਿਲੇਸ਼ਨ ਕਾਫੀ ਅੱਛਾ ਬਣ ਜਾਏ। ਸੋ ਜਿਨ੍ਹਾਂ ਦੀ ਥੋੜ੍ਹੀ ਜਿਹੀ ਵੀਕ ਪ੍ਰੋਫਾਈਲ ਹੈ, ਖਾਸ ਕਰਕੇ 5.5 ਬੈਂਡ ਵਾਲੇ ਜਾਂ PTE ਵਾਲੇ, ਉਹਨਾਂ ਨੂੰ ਥੋੜ੍ਹਾ ਜਿਹਾ ਆਪਣੀ ਫਾਈਲ 'ਤੇ ਵਰਕਆਊਟ ਕਰਨ ਦੀ ਜ਼ਿਆਦਾ ਜ਼ਰੂਰਤ ਹੈ ਤਾਂ ਕਿ ਉਹਨਾਂ ਦਾ ਰਿਜ਼ਲਟ ਪੋਜ਼ਿਟਿਵ ਆ ਸਕੇ। ਔਰ ਜੇ ਤੁਸੀਂ ਇੰਪਰੂਵ ਕਰ ਸਕਦੇ ਹੋ, ਯਾਨੀ ਕਿ ਤੁਸੀਂ ਜੇ SDS ਲੈ ਸਕਦੇ ਹੋ, ਤਾਂ SDS ਵਾਲੇ ਸਟੂਡੈਂਟਸ ਨੂੰ ਤਾਂ ਇਸ ਟਾਈਮ 'ਤੇ ਪੋਜ਼ਿਟਿਵ ਰਿਜ਼ਲਟਸ ਮਿਲ ਹੀ ਰਹੇ ਨੇ, ਔਰ ਫਿਊਚਰ 'ਚ ਵੀ ਮੈਨੂੰ ਲੱਗਦਾ ਕਿ ਜਿਹੜੇ SDS ਵਾਲੇ ਬੱਚੇ ਹੋਣਗੇ ਉਹਨਾਂ ਨੂੰ ਕਾਫੀ ਪੋਜ਼ਿਟਿਵ ਰਿਜ਼ਲਟਸ ਮਿਲਣਗੇ। ਮੈਂ 2022 'ਚ ਵੀ ਕਹਾਂਗਾ, ਜੇ ਕੈਨੇਡਾ ਨੇ ਲਾਸਟ ਈਅਰ 2 ਲੱਖ ਵੀਜ਼ਾ ਦਿੱਤਾ, ਤਾਂ ਇਸ ਸਾਲ ਕੈਨੇਡਾ 2.5 ਲੱਖ ਵੀਜ਼ਾ ਦੇਣ ਦੀ ਤਿਆਰੀ ਕਰ ਚੁੱਕਿਆ। ਸੋ ਸਟੂਡੈਂਟਸ ਨੂੰ ਆਪਣੇ ਮਨ ਵਿੱਚ ਕੋਈ ਸ਼ੰਕਾ ਨਹੀਂ ਰੱਖਣੀ ਚਾਹੀਦੀ। ਸੋ ਨੋਨ SDS ਦੀ ਜੇ ਗੱਲ ਕਰੀਏ, 5.5 ਵਾਲੇ IELTS ਵਾਲੇ ਜਿਹੜੇ ਨੇ, ਉਹਨਾਂ ਦਾ ਰਿਜ਼ਲਟ ਟ੍ਰੈਂਡ ਕੀ ਕਹਿੰਦਾ? ਉਹਦੇ 'ਚ ਵੀ ਕੁਛ ਚੀਜ਼ਾਂ ਇਹੋ ਜਿਹੀਆਂ ਹੈਗੀਆਂ ਜਿਹਨਾਂ ਦਾ ਜੇ ਧਿਆਨ ਰੱਖਿਆ ਜਾਵੇ ਤਾਂ ਰਿਜ਼ਲਟ 'ਚ ਫਰਕ ਪੈਂਦਾ? ਸੋ ਜਿਹੜੇ 5.5 ਬੈਂਡ ਵਾਲੇ ਆ, ਮੈਂ ਉਹਨਾਂ ਨੂੰ ਇਹ ਐਡਵਾਈਸ ਕਰਾਂਗਾ ਕਿ ਜੇ ਤੁਹਾਡੀ ਪਰਸੈਂਟੇਜ ਇਜ਼ ਅਬਵ 70%, ਦੈਨ ਯੂ ਸ਼ੁੱਡ ਗੋ ਹੈਡ ਫੋਰ ਕੈਨੇਡਾ। ਅਗਰ ਤੁਹਾਡੀ ਪਰਸੈਂਟੇਜ ਵੀ ਵੀਕ ਹੈ ਔਰ ਬੈਂਡ ਵੀ ਵੀਕ ਹੈ, ਸੋ ਦੋਨੋਂ ਚੀਜ਼ਾਂ ਵੀਕ ਨਹੀਂ ਚੱਲਣ ਵਾਲੀਆਂ। ਸੋ ਜੇ ਤਾਂ ਪਰਸੈਂਟੇਜ ਇਜ਼ ਓਕੇ ਐਂਡ ਤੁਹਾਡੇ ਬੈਂਡ 1 'ਚ 5.5 ਬੈਂਡ ਹੈ, ਦੈਨ ਯੂ ਆਰ ਅਪਲਾਈਂਗ ਟੂ ਅ ਸਿਟੀ ਵੇਅਰ ਦੇਰ ਇਜ਼ ਪਾਪੂਲੇਸ਼ਨ ਰਿਕੁਆਇਰਡ, ਦੈਨ ਯੂ ਕੈਨ ਗੋ ਹੈਡ। ਐਲਸ ਇਫ ਯੂਅਰ ਪਰਸੈਂਟੇਜ ਇਜ਼ ਆਲਸੋ, ਕੀ ਕਹਿੰਦੇ ਆ, ਪਰਸੈਂਟੇਜ ਆਪਣੀ 50% ਔਰ ਬੈਂਡ ਵੀ 5.5 ਹੈ, ਫਿਰ ਨਹੀਂ ਉਹਨਾਂ ਨੂੰ ਮੈਂ ਐਡਵਾਈਸ ਕਰਾਂਗਾ ਸ਼ੁੱਡ ਗੋ ਹੈਡ ਵਿਦ ਦੇਅਰ। ਜਿਵੇਂ ਹੁਣ ਤੁਹਾਡੀ ਪਰਸੈਂਟੇਜ, ਕੱਲ੍ਹ ਇੱਕ ਸਟੂਡੈਂਟ ਮੈਨੂੰ ਮਿਲਿਆ, ਉਹਦੀ ਪਰਸੈਂਟੇਜ ਸੀ 60%, ਬਟ ਉਹਦੇ ਬੈਂਡ ਜਿਹੜੇ ਹੈਗੇ ਸੀ 59% ਦੀਪਕ ਜੀ, ਬਟ ਉਹਦੇ ਬੈਂਡ 7 ਸੀ। ਓਕੇ, ਸੋ ਹੀ ਹੈਜ਼ ਅ ਬੈਨੀਫਿਟ ਕਿ ਉਹਦੇ ਬੈਂਡ 7 ਹੈ। ਸੋ ਪਰਸੈਂਟੇਜ ਚਾਹੇ ਵੀਕ ਹੈ, ਉਹਦੇ ਇੱਕ ਸਬਜੈਕਟ 'ਚ 50 ਤੋਂ ਥੱਲੇ ਸੀ, ਸੋ ਇਹਦੀ ਅਸੈਸਮੈਂਟ ਹੈ ਕਿ ਹੀ ਕੈਨ ਗੈਟ ਅ ਵੀਜ਼ਾ। ਬਟ ਹੁਣ ਜਿਹੜੀ ਅਸੈਸਮੈਂਟ ਕਰਨੀ ਹੈ ਜਾਂ ਜਿਹੜੀ ਕੋਰਸ ਲੈਣਾ, ਜਿਹੜਾ ਕਾਲਜ ਲੈਣਾ, ਸਿਟੀ ਲੈਣਾ, ਉਹ ਬੜੇ ਧਿਆਨ ਨਾਲ ਦੇਖਣਾ। ਪਰ ਮੈਂ ਇਹ ਤੁਹਾਡੀਆਂ ਗੱਲਾਂ ਤੋਂ ਸਮਝਿਆ ਕਿ 5.5 ਵਾਲਿਆਂ ਨੇ ਜੇ ਫਾਈਲ ਲਗਾਉਣੀ ਹੈ ਤਾਂ ਬਹੁਤ ਸਾਰੇ ਵੇਰੀਏਬਲ ਹੈ ਜਿਨ੍ਹਾਂ 'ਤੇ ਕੰਮ ਕਰਕੇ ਉਹਨਾਂ ਦੀ ਵੀਜ਼ਾ ਦਾ ਸਕਸੈਸ ਰੇਟ ਵਧਾਇਆ ਜਾ ਸਕਦਾ, ਲੋਕੇਸ਼ਨ, ਕੋਰਸ ਸਿਲੈਕਸ਼ਨ। ਬਿਲਕੁਲ ਦੀਪਕ ਜੀ, ਬਿਲਕੁਲ ਇੰਨਾ ਜੇ ਆਪਾਂ ਵੇਰੀਏਬਲ 'ਤੇ ਕੰਮ ਕਰਾਂਗੇ ਕਿ ਸਿਟੀ, ਕੋਰਸ, ਪ੍ਰੋਵਿੰਸ, ਕਾਲਜ,
इन्हों सारे वेरीएबल्स से जो असं काम करा तो 5.5 बैंड वाले भी वीज़ा मिल सकता है, बट जे स्टूडेंट इंप्रूव कर लेगा तो इट विल बी बैटर वीज़ा चांस। सो स्टूडेंट्स, मैं थोनू जरूर कहूँगा कि पॉजिटिव रहो। लैंडमार्क का एक होर शो है जिथे छोटे प्रोविंस छोटे शहर की गल की गई है कैनेडा की, उत्थे बहुत वड्डा स्कोप है, जे थोड़े बैंड घट ने तो चांस बहुत वध जांदा वीज़ा का। मैं कहूँगा वो शो नू भी तुसी जरूर देखो, तो चैनल नू सबसक्राइब करके रखो। धन्यवाद। थैंक यू सो मच।